ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਅਤੇ ਮੈਂ ਕੱਲ੍ਹ ਗੱਲ ਕੀਤੀ ਸੀਗੀ ਕਿ ਮੈਂ ਜਦੋਂ ਮੈਨੂੰ ਟਾਈਮ ਲੱਗਿਆ ਮੈਂ ਲਾਈਵ ਆਵਾਂਗੀ। ਥੋੜ੍ਹਾ ਜਿਹਾ ਕੰਮ ਕਰ ਕਰਕੇ ਬਿਜ਼ੀ ਹਾਂ ਅਤੇ ਵੈਸੇ ਵੀ ਸਾਡੀ ਡਿਸਕਸ਼ਨ ਚੱਲ ਰਹੀ ਸੀਗੀ ਕਿ ਦੇਖਿਆ ਜਾਵੇ ਕਿ ਇਸ ਇਸ਼ੂ ਦੇ ਵਿੱਚ ਜਿਹੜੀ ਪੁਲਿਸ ਆ, ਡੀ ਜੀ ਪੀ ਆ, ਉਹ ਕੀ ਐਕਸ਼ਨ ਲੈਣਗੇ। ਸੋ ਪਰਸਨ ਉਦੋਂ ਦਾ ਹੀ ਰੌਲਾ ਪੈ ਰਿਹਾ। ਮੈਂ ਇਹ ਪੂਰੀ ਇਹਦੇ ਵਿੱਚ ਸ਼ੇਅਰ ਵੀ ਕੀਤਾ ਆ ਵੀ ਕੀ ਇਸ਼ੂ ਹੈਗਾ ਆ ਸਾਰੇ ਜਣੇ। ਸਭ ਤੋਂ ਪਹਿਲਾਂ ਜਿਹੜੀ ਗੱਲ ਹੈਗੀ ਆ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ, ਮੈਂ ਦੱਸਣਾ ਚਾਹੁੰਦੀ ਹਾਂ ਕਿ ਇਸ ਇਸ਼ੂ ਨੂੰ ਇਹ ਇਸ਼ੂ ਨਾ ਬਣਾਇਆ ਜਾਵੇ ਕਿ ਅਸੀਂ ਕਿਸੇ ਸਿੰਗਰ ਦੇ ਵਿਰੁੱਧ ਦਰਖਾਸਤ ਦਿੱਤੀ ਆ। ਮੈਂ ਪਹਿਲਾਂ ਗੱਲ ਕਰਦੀ ਹਾਂ, ਸਾਡੇ ਲਈ ਉਹ AK-47 ਚਲਾਉਣ ਵਾਲਾ ਸਾਡੇ ਲਈ ਕੋਈ ਉਹ ਸੈਲੀਬ੍ਰਿਟੀ ਨਹੀਂ ਹੈ ਜਾਂ ਕਿਸੇ ਲਈ ਵੀ ਉਹ ਠੀਕ ਆ। ਮੈਨੂੰ ਪਤਾ ਉਹਦੀ ਬਹੁਤ ਕੀ ਕਹਿੰਦੇ ਆ ਕਿ ਹੀ ਇਜ਼ ਮਤਲਬ ਓਬਵੀਅਸਲੀ ਗੱਲ ਆ, ਬੜੀ ਵੱਡੀ ਸੈਲੀਬ੍ਰਿਟੀ ਆ, ਬੜਾ ਵੱਡਾ ਸਟਾਰ ਆ, ਠੀਕ। ਉਹਦੇ ਜਿਹੜੇ ਗਾਣੇ ਆ ਜਾਂ ਉਹ ਲਿਖਦਾ ਜਾਂ ਜਿਹੜੀਆਂ ਵੀ ਚੀਜ਼ਾਂ ਨੇ, ਉਹਦੀ ਕਲਾ ਆ, ਅਸੀਂ ਕਲਾ ਨੂੰ ਐਪਰੀਸ਼ੀਏਟ ਕਰਦੇ ਹਾਂ। ਪਰ ਜਿੱਥੇ ਜਿਹੜਾ ਗਲਤ ਆ ਉਹ ਗਲਤ ਆ, ਕਿਉਂਕਿ ਕਿਸੇ ਨੂੰ ਵੀ, ਚਾਹੇ ਉਹ ਮੈਂ ਹੋਵਾਂ, ਚਾਹੇ ਮੇਰਾ ਭੈਣ ਭਾਈ ਹੋਵੇ ਕੋਈ, ਚਾਹੇ ਕੋਈ ਵੀ XYZ ਹੋਵੇ, ਜਿਹੜਾ ਮਰਜ਼ੀ ਹੋਵੇ, ਕਿਸੇ ਨੂੰ ਵੀ ਇਹ ਹੱਕ ਨਹੀਂ ਹੈਗਾ ਕਿ ਉਹ ਇੱਦਾਂ ਕਰਫਿਊ ਦੇ ਵਿੱਚ ਜਾਂ ਵੈਸੇ ਵੀ AK-47 ਚਲਾਵੇ। ਪਰ ਆਪਾਂ ਸਿੱਧੂ ਇਸ ਟਾਈਮ ਸਾਈਡ 'ਤੇ ਰੱਖ ਕੇ ਸਭ ਤੋਂ ਜ਼ਿੰਮੇਵਾਰ ਜੋ ਰਿਸਪੋਂਸੀਬਲ ਇਸ ਚੀਜ਼ ਦੇ ਵਿੱਚ ਹੈਗੇ ਨੇ ਉਹ ਹੈਗੇ ਆ ਉਹ ਉੱਥੇ ਦਾ ਪੁਲਿਸ ਜਿਹੜੇ ਆਫਿਸਰ ਹੈਗੇ ਨੇ। ਕਿਉਂਕਿ ਇੱਕ ਪੁਲਿਸ ਆਫਿਸਰ ਜਿਹੜਾ DSP ਰੈਂਕ ਦਾ ਪੁਲਿਸ ਆਫਿਸਰ ਹੋਵੇ, ਸਭ ਤੋਂ ਪਹਿਲਾਂ ਉਹਦੀ ਰਿਸਪੋਂਸੀਬਿਲਿਟੀ ਦੇਖੋ ਕੀ ਬਣਦੀ ਆ ਕਿ ਇੱਕ ਪੁਲਿਸ ਆਫਿਸਰ ਆਪਣੇ ਹਥਿਆਰ ਆਪਣੇ ਮੁਲਾਜ਼ਮਾਂ ਦੇ ਨਾਲ ਕਿਸੇ ਵੀ XYZ, ਚਾਹੇ ਉਹ ਕੋਈ ਸੈਲੀਬ੍ਰਿਟੀ ਹੋਵੇ, ਚਾਹੇ ਕੋਈ ਵੀ ਹੋਵੇ, ਉਹਨੂੰ ਇਹੋ ਜਿਹੇ ਹਥਿਆਰਾਂ ਦੀ ਟ੍ਰੇਨਿੰਗ ਦਿੰਦਾ ਚੰਗਾ ਲੱਗਦਾ ਆ? ਮੈਂ ਹੋਵਾਂ ਜਾਂ ਸਾਡੇ ਵਰਗਾ ਯੂਥ ਆ ਜਾਂ ਕੋਈ ਵੀ ਇਨਸਾਨ ਹੋਵੇ, ਠੀਕ ਆ, ਉਹਨਾਂ ਦੇ ਮਨ ਦੇ ਵਿੱਚ ਤਾਂ ਇਹ ਚੀਜ਼ ਆਏਗੀ ਕਿ ਚਲੋ ਹਥਿਆਰਾਂ ਦੇ ਪ੍ਰਤੀ ਜਿਵੇਂ ਵੀ ਚਲੋ ਚਲਾਉਣੇ ਵਧੀਆ ਲੱਗਦੇ ਆ, ਤਾਂ ਉਹਦੀ ਇੱਕ ਕਾਇੰਡ ਆਫ ਟੈਂਪਟੇਸ਼ਨ ਹੋਊਗੀ ਕਿ ਮੈਂ ਹਥਿਆਰ ਚਲਾਉਣਾ ਆ। ਪਰ ਗੱਲ ਇਹ ਆ ਕਿ ਇੱਕ ਪੁਲਿਸ ਆਫਿਸਰ ਦੀ ਇਹ ਮਤਲਬ ਕਿੱਡੀ ਵੱਡੀ ਗਲਤੀ ਆ ਕਿ ਉਹਨੇ ਆਪਦੀਆਂ ਜਿਹੜੀ ਰਾਈਫਲ ਆ ਉਹ ਉਸ ਨੂੰ ਫੜਾ ਦਿੱਤੀ। ਉਹ ਤਾਂ ਹੈਗਾ ਹੀ ਆ ਜਿਹੜਾ ਵੀ ਗਲਤ ਹੈਗਾ। ਸੋ ਮੈਂ ਪਹਿਲਾਂ ਵੀ ਬੋਲਿਆ ਸੀਗਾ ਜਦੋਂ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਤੁਸੀਂ ਪਤਾ ਨਹੀਂ ਸੈਲੀਬ੍ਰਿਟੀ, ਮੈਂ ਫਿਰ ਗੱਲ ਕਲੀਅਰ ਕਰਦੀ ਹਾਂ, ਸਾਡਾ ਸੈਲੀਬ੍ਰਿਟੀ ਹੋਣ ਨਾ ਹੋਣ ਨਾਲ ਕੋਈ ਫਰਕ ਨਹੀਂ। ਇਹੋ ਜਿਹਾ ਕੰਮ ਜੇ ਕਿਸੇ ਹੋਰ ਨੇ ਵੀ ਕੀਤਾ ਹੁੰਦਾ ਸੀ ਉਹਦੇ ਵੀ ਅਗੇਂਸਟ ਹੁੰਦੇ। ਜਿਹੜੀ ਅਸੀਂ ਕੰਪਲੇਂਟ ਕੀਤੀ ਆ ਜਾਂ ਹੁਣ ਵੀ ਅਸੀਂ ਮੰਗ ਕੀਤੀ ਆ, ਕਿਉਂਕਿ ਹੁਣ ਵੀ ਉਹਨਾਂ ਨੇ ਸਿਰਫ ਉਹਦੇ 'ਤੇ ਡਿਜ਼ਾਸਟਰ ਮੈਨੇਜਮੈਂਟ ਵਾਲਾ ਐਕਟ ਲਗਾ ਦਿੱਤਾ ਆ, ਸਿਰਫ ਕਰਫਿਊ ਤੋੜਨ ਦਾ ਐਕਟ ਲਾਇਆ ਆ, ਜੋ ਆਰਮਡ ਐਕਟ ਦੇ ਤਹਿਤ ਉਹਨਾਂ 'ਤੇ ਕਾਰਵਾਈ ਬਣਦੀ ਆ ਉਹ ਨਹੀਂ ਕੀਤੀ, ਅਤੇ ਅਸੀਂ ਦੁਬਾਰਾ ਫਿਰ ਅੱਜ DGP ਨੂੰ ਵੀ ਅਤੇ SSP ਬਰਨਾਲਾ ਨੂੰ ਵੀ ਮੇਲ ਦੁਬਾਰਾ ਫਿਰ ਪਾਈਆਂ ਨੇ। ਮੈਂ ਇਹਦੇ ਵਿੱਚ ਸ਼ੇਅਰ ਵੀ ਕੀਤੀ ਹੈ ਜਿਹੜੀ ਮੇਲ ਪਾਈ ਆ ਕਿ ਉਹ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ, ਅਤੇ ਜੇ ਉਹਨਾਂ ਨੇ ਉਹ ਬਣਦੀ ਕਾਰਵਾਈ ਨਹੀਂ ਕੀਤੀ ਅਸੀਂ ਹਾਈਕੋਰਟ ਜਾਵਾਂਗੇ। ਅਸੀਂ ਪਹਿਲਾਂ ਵੀ ਇਹੀ ਚੀਜ਼ ਕੀਤੀ ਆ। ਦੇਖੋ ਜਦੋਂ ਪੁਲਿਸ ਵਾਲੇ ਆਪਣੇ ਜਿਹੜੇ ਯੂਥ ਆ ਉਹਨਾਂ ਨੂੰ ਕਰਫਿਊ ਦੇ ਵਿੱਚ ਬਿਨਾਂ ਗੱਲ ਤੋਂ ਲੋਕਾਂ ਨੂੰ ਨਜਾਇਜ਼ ਕੁੱਟ ਰਹੇ ਸੀ, ਅਸੀਂ ਤਾਂ ਆਵਾਜ਼ ਉਹਦੇ ਖਿਲਾਫ ਵੀ ਚੱਕੀ ਸੀ, ਚੱਕਣੀ ਬਣਦੀ ਆ। ਸਾਡਾ ਫਰਜ਼ ਇਹ ਆ ਬੀਇੰਗ ਅ ਲਾਇਰ, ਠੀਕ ਆ, ਬੀਇੰਗ ਅ ਸੋਸ਼ਲ ਐਕਟਿਵਿਸਟ ਕਹਿ ਲਓ ਜਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਰਿਸਪੋਂਸੀਬਲ ਸਿਟੀਜ਼ਨ ਆਫ ਇੰਡੀਆ, ਹਰੇਕ ਦਾ ਇਹ ਫਰਜ਼ ਬਣਦਾ ਆ ਕਿ ਜਿੱਥੇ ਕੁਛ ਗਲਤ ਹੁੰਦਾ ਆ ਸਾਡੇ ਕੋਲ ਕੀ ਆ, ਅਸੀਂ ਇੱਕ ਮੇਲ ਹੀ ਲਿਖ ਕੇ ਪਾਉਣੀ ਆ, ਠੀਕ ਆ, ਅਸੀਂ ਇੱਕ ਮਤਲਬ ਆਪਣੀ ਰਿਸਪੋਂਸੀਬਿਲਿਟੀ ਹੀ ਪੂਰੀ ਕਰਨੀ ਹੈ। ਸੋ ਮੈਨੂੰ ਇਹ ਲੱਗਦਾ ਕਿ ਸਾਡੀ ਡਿਊਟੀ ਆ ਜੋ ਅਸੀਂ ਕੀਤੀ ਹੈ ਅਤੇ ਜੋ ਸਾਨੂੰ ਕਰਨੀ ਚਾਹੀਦੀ ਸੀ। ਸੋ ਫਿਰ ਉਹ ਸਾਹਮਣੇ ਵਾਲਾ, ਚਾਹੇ ਉਹ ਕੋਈ ਸਿੰਗਰ ਹੋਵੇ, ਚਾਹੇ ਉਹ ਸਾਡਾ ਕੋਈ ਵਕੀਲ ਭਾਈਚਾਰੇ ਦਾ ਹੋਵੇ, ਚਾਹੇ ਕੋਈ ਪੁਲਿਸ ਆਫਿਸਰ ਹੋਵੇ, ਪਰ ਇਸ ਚੀਜ਼ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਭ ਤੋਂ ਜ਼ਿਆਦਾ ਰਿਸਪੋਂਸੀਬਲ ਜੋ ਅਣਗਹਿਲੀ ਕੀਤੀ ਗਈ ਉਹ ਪੁਲਿਸ ਆਫਿਸਰ ਦੀ ਗਲਤੀ ਆ। ਸੋ ਸਭ ਤੋਂ ਜ਼ਿਆਦਾ ਜੋ ਕਾਰਵਾਈ ਕਰਨੀ ਬਣਦੀ ਉਹ ਇਹੋ ਜਿਹੇ ਪੁਲਿਸ ਅਫਸਰਾਂ 'ਤੇ ਕਰਨੀ ਬਣਦੀ ਆ ਤਾਂ ਕਿ ਕੱਲ੍ਹ ਫਿਊਚਰ ਦੇ ਵਿੱਚ ਵੀ ਕੋਈ ਵੀ ਪੁਲਿਸ ਆਫਿਸਰ ਹੋਵੇ, ਚਾਹੇ ਉਹ ਛੋਟਾ ਮੁਲਾਜ਼ਮ ਹੋਵੇ, ਚਾਹੇ ਕੋਈ ਵੱਡਾ ਅਫਸਰ ਹੋਵੇ, ਉਹ ਕਦੇ ਵੀ ਆਪਦੇ ਯਾਰਾਂ ਦੋਸਤਾਂ ਨੂੰ ਆਪਦੀ ਜਿਹੜੀ ਸਰਕਾਰੀ ਉਹਦੀ ਪਿਸਟਲ ਆ ਜਾਂ ਉਹਦੀ ਜੋ ਵੀ ਆ ਪਿਸਟਲ ਆ, ਰਿਵੋਲਵਰ ਆ, ਵਟ ਐਵਰ ਉਹਦੀ ਵੈਪਨ ਆ, ਉਹ ਕਿਸੇ ਨੂੰ ਨਾ ਦੇਵੇ, ਠੀਕ ਹੈ ਨਾ। ਇਹ ਚੀਜ਼ ਜ਼ਿਆਦਾ ਜਿਹੜੀ ਜ਼ਰੂਰੀ ਆ। ਜਾਂ ਕੋਈ ਗਲਤੀ ਹੋਈ ਐਕਸੈਪਟ ਕਰਾਂ ਕਿਉਂਕਿ ਲੋਸ, ਬਿਲਕੁਲ ਐਗਜੈਕਟਲੀ ਗੱਲ ਆ। ਦੇਖੋ ਜਿਵੇਂ ਮੇਰੀ ਕਿਸੇ ਗੱਲ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਹਰਟ ਹੋਈਆਂ, ਮੈਂ ਮਾਫ਼ੀ ਮੰਗੀ, ਠੀਕ ਆ, ਮੈਂ ਮਾਫ਼ੀ ਮੰਗੀ, ਉਹਨਾਂ ਨੂੰ ਮਾਫ਼ੀ ਨਹੀਂ ਐਕਸੈਪਟ ਹੋਈ, ਮੈਂ ਵਲੰਟੀਅਰ ਸੁਰੈਂਡਰ ਕੀਤਾ,
ਜਿੰਨੀ ਦੇਰ ਉਹਨਾਂ ਨੇ ਰੱਖਣਾ ਮੈਂ ਆਪਣਾ ਉੱਥੇ ਗਈ ਹਾਈ ਕੋਰਟ ਤੋਂ ਜਦੋਂ ਮੇਰੀ ਬੇਲ ਹੋਈ ਮੈਂ ਵਾਪਸ ਆਈ ਸੋ ਲਾਅ ਇਜ਼ ਇਕੁਅਲ ਫੋਰ ਐਵਰੀਵਨ ਚਾਹੇ ਉਹ ਮੈਂ ਹੋਵਾਂ ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ ਚਾਹੇ ਕੋਈ ਪੁਲਿਸ ਵਾਲਾ ਹੋਵੇ ਚਾਹੇ ਉਹ ਕੋਈ ਸਿੰਗਰ ਹੋਵੇ ਐਨੀ ਐਕਸ ਵਾਈ ਜ਼ੈਡ ਜਿਹੜਾ ਵੀ ਹੈਗਾ ਜੋ ਗਲਤੀ ਕਰਦਾ ਸੋ ਆਪਣਾ ਫਰਜ਼ ਬਣਦਾ ਇਹ ਚੀਜ਼ਾਂ ਤਾਂ ਚਲੋ ਹਜੇ ਸੈਕੰਡਰੀ ਹੋ ਗਈਆਂ ਕਿ ਉਹਨਾਂ ਦਾ ਸਾਡੇ ਯੂਥ 'ਤੇ ਕੀ ਅਸਰ ਹੁੰਦਾ ਉਹ ਫਲਾਨਾ ਧਿੰਕ ਉਹ ਚੀਜ਼ਾਂ ਹਲੇ ਸੈਕੰਡਰੀ ਆ ਗੱਲ ਇਹ ਆ ਕਿ ਇੱਕ ਪੁਲਿਸ ਆਫਿਸਰ ਦੀ ਸਰਕਾਰੀ ਰਾਈਫਲ ਸਰਕਾਰੀ ਅਸਲਾ ਕਿਸੇ ਨੇ ਟ੍ਰੇਨਿੰਗ ਦੇ ਵਿੱਚ ਚਲਾਇਆ ਠੀਕ ਹੈ ਉਹ ਮਤਲਬ ਉਹਨੂੰ ਪਿਸਟਲ ਚਲਾ ਕੇ ਦੇ ਰਿਹਾ ਕਿ ਜਿਹੜੇ ਸਾਡੇ ਉਹ ਤੁਸੀਂ ਸੋਚੋ ਕਿ ਇੱਕ ਪੁਲਿਸ ਆਫਿਸਰ ਦੇ ਦਾ ਜਿਹੜਾ ਆਡਿਟ ਨਹੀਂ ਹੁੰਦਾ ਵੀ ਉਹਨੇ ਕਿੱਥੇ ਮੇਰੀ ਫਰੈਂਡ ਆ ਪੁਲਿਸ ਆਫਿਸਰ ਆ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਇਹ ਤੁਹਾਡੇ ਨਾ ਗੋਲੀਆਂ ਗੋਲੀਆਂ ਕਾਊਂਟ ਨਹੀਂ ਕਰਦੇ ਵੀ ਕਿਹਨੇ ਕਿੰਨੀਆਂ ਚਲਾ ਲਈਆਂ ਜਾਂ ਕਿੱਦਾਂ ਆ ਉਹ ਕਹਿੰਦਾ ਕਿ ਸਾਨੂੰ ਖੋਲ ਤੱਕ ਦਾ ਹਿਸਾਬ ਦੇਣਾ ਪੈਂਦਾ ਵੀ ਅਸੀਂ ਕਿੱਥੇ ਲਾਇਆ ਏਦਾਂ ਤਾਂ ਕੱਲ੍ਹ ਕੋਈ ਵੀ ਕਿਸੇ ਨੂੰ ਮਾਰ ਦੂ ਕੱਲ੍ਹ ਮੰਨ ਲਓ ਉਹ ਦੋਸਤ ਆ ਉਹਦੀ ਪਿਸਟੋਲ ਚੱਕ ਕੇ ਜਾਂ ਰਿਵਾਲਵਰ ਚੱਕ ਕੇ ਐਨੀਥਿੰਗ ਪਿਸਟਲ ਚੱਕ ਕੇ ਕਿਸੇ ਨੇ ਕਿਸੇ ਨੂੰ ਮਾਰਤਾ ਆਪ ਸੋਚੋ ਤੁਸੀਂ ਕਿਸੇ ਨੂੰ ਮਾਰਦਾ ਤੇ ਕੱਲ੍ਹ ਫਿਰ ਉਸ ਚੀਜ਼ ਦੇ ਉੱਤੇ ਕੀ ਹੋਊਗਾ ਸੋ ਇਹ ਸਾਰੀਆਂ ਚੀਜ਼ਾਂ ਨੇ ਰਣਜੀਤ ਬਾਵੇ ਤੇ ਜਿਹੜੀ FIR ਬਾਈ ਉਸ ਚੀਜ਼ ਦੇ ਉੱਤੇ ਆਪਾਂ ਅਲੱਗ ਗੱਲ ਕਰਾਂਗੇ ਮੈਂ ਉਹ ਪੂਰਾ ਗਾਣਾ ਸੁਣਿਆ ਮੈਨੂੰ ਗਾਣੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਲੱਗੀ ਹੈਗੀ ਸਾਡੇ ਦੇਸ਼ ਦੇ ਵਿੱਚ ਨਾ ਲੋਕਾਂ ਨੂੰ ਆਦਤ ਪੈ ਗਈ ਆ ਹਰੇਕ ਗੱਲ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਉਹ ਕਰਨ ਦੀ ਸੋ ਉਹ ਗੱਲਾਂ ਮੈਂ ਬਿਲਕੁਲ ਡਿਟੇਲ ਦੇ ਵਿੱਚ ਉਸ ਚੀਜ਼ ਨੂੰ ਡਿਸਕਸ ਕਰੂੰਗੀ ਮੇਰਾ ਜਿਹੜਾ ਮੇਨ ਪਰਪਜ਼ ਆ ਉਹ ਇਹ ਆ ਕਿ ਜਿਹੜਾ ਵੀ ਗਲਤ ਕਰਦਾ ਆ ਚਾਹੇ ਉਹ ਐਕਸ ਵਾਈ ਜ਼ੈਡ ਚਾਹੇ ਉਹ ਕਿਸੇ ਵੀ ਧਾਰਮਿਕ ਮਤਲਬ ਕਿਸੇ ਵੀ ਉਹਦਾ ਹੋਵੇ ਕੀ ਬੋਲਦੇ ਆ ਉਹਨੂੰ ਪੋਲੀਟੀਕਲ ਪਾਰਟੀ ਦਾ ਹੋਵੇ ਚਾਹੇ ਉਹ ਕਿਸੇ ਵੀ ਪ੍ਰੋਫੈਸ਼ਨ ਦਾ ਹੋਵੇ ਚਾਹੇ ਉਹ ਪੁਲਿਸ ਵਾਲਾ ਹੋਵੇ ਚਾਹੇ ਆਰਮੀ ਵਾਲਾ ਹੋਵੇ ਚਾਹੇ ਕੋਈ ਸਿੰਗਰ ਹੋਵੇ ਕੋਈ ਸੈਲੀਬ੍ਰਿਟੀ ਹੋਵੇ ਕੋਈ ਐਕਟਰ ਹੋਵੇ ਐਨੀਵਨ ਜੋ ਗਲਤ ਕਰਦਾ ਆ ਸੋ ਉਹਦੇ ਖਿਲਾਫ ਸਾਨੂੰ ਇਕੱਠੇ ਹੋ ਕੇ ਖੜਨਾ ਚਾਹੀਦਾ ਆ ਕਿਉਂਕਿ ਸਾਡੇ ਖੜਨਾ ਬਣਦਾ ਆ ਠੀਕ ਆ ਆ ਬਿਲਕੁਲ ਵੀਰੇ ਤੁਹਾਡੀ ਗੱਲ ਬਿਲਕੁਲ ਸਹੀ ਆ ਦੇਖੋ ਹੁਣ ਇੱਕ ਡਿਪਟੀ ਉੱਥੇ ਗਲਤ ਸੀਗਾ ਉਹ ਡਿਪਟੀ ਦੇ ਕਰਕੇ ਜਿਹੜੇ ਦੂਜੇ ਮੁਲਾਜ਼ਮ ਆ ਜਿਹੜੇ ਸਿਰਫ ਇਸ ਲਈ ਨਾਲ ਖੜੇ ਸੀਗੇ ਕਿ ਉਹ ਸਾਡਾ ਡਿਪਟੀ ਆ ਉਹ ਵਿਚਾਰੇ ਬਿਨਾਂ ਗੱਲ ਤੋਂ ਰਗੜੇ ਗਏ ਗਲਤੀ ਡਿਪਟੀ ਦੀ ਆ ਸਭ ਤੋਂ ਵੱਡੀ ਜਿੰਨੀ ਬੰਦੇ ਦੀ ਵੱਡੀ ਪੋਜੀਸ਼ਨ ਹੁੰਦੀ ਆ ਉਨੀ ਉਹਦੀ ਰਿਸਪੋਂਸੀਬਿਲਿਟੀ ਜ਼ਿਆਦਾ ਹੁੰਦੀ ਆ ਸੋ ਇੱਕ ਵੱਡੇ ਆਫਿਸਰ ਦੀ ਇਹ ਡਿਊਟੀ ਬਣਦੀ ਸੀ ਅਤੇ ਇਸ ਕਰਕੇ ਇੱਥੇ ਗਲਤੀ ਉਸ ਆਫਿਸਰ ਦੀ ਆ ਠੀਕ ਆ ਉਸ ਆਫਿਸਰ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਬਣਦੀ ਆ ਹਜੇ ਕਾਰਵਾਈ ਕੀਤੀ ਨਹੀਂ ਗਈ ਅਤੇ ਇਸ ਮੈਟਰ ਨੂੰ ਇੱਥੇ ਨਹੀਂ ਛੱਡਿਆ ਜਾਊਗਾ ਠੀਕ ਆ ਫਿਰ ਉਹ ਚਾਹੇ ਕੋਈ ਵੀ ਹੋਵੇ ਚਾਹੇ ਉਹਨੂੰ ਬਚਾਉਣ ਲਈ ਪੋਲੀਟੀਸ਼ਨ ਹੋਣ ਅਸੀਂ ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਦਿੱਤਾ ਆ ਐਪਲੀਕੇਸ਼ਨ ਮੈਂ ਨਾਲ ਸ਼ੇਅਰ ਕੀਤੀ ਆ ਤੇ ਜੇ ਇਹਨਾਂ ਨੇ ਇਸ ਚੀਜ਼ ਦੇ ਉੱਤੇ ਨਾ ਕੀਤਾ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰਾਂਗੇ ਸਿੰਪਲ ਜਿਹੀ ਗੱਲ ਆ ਬਿਕੋਜ਼ ਇੱਥੇ ਨਹੀਂ ਗੱਲ ਬੰਦ ਹੋਣੀ ਐਂ ਤਾਂ ਫਿਰ ਕੰਮ ਖਰਾਬ ਆ ਨਾ ਅਤੇ ਐਂ ਤਾਂ ਕੱਲ੍ਹ ਕੋਈ ਵੀ ਆ ਕੇ ਕਿਸੇ ਦੀ ਵੀ ਰਿਵਾਲਵਰ ਪਿਸਟਲ ਫੜੂਗਾ ਅਤੇ ਚੱਕ ਕੇ ਜੀ ਫਾਇਰਿੰਗ ਕਰੂਗਾ ਜੀ ਮੈਂ ਸ਼ੂਟਿੰਗ ਰੇਂਜ ਦੇ ਉੱਤੇ ਮੈਂ ਪ੍ਰੈਕਟਿਸ ਕਰ ਰਿਹਾ ਸੀ ਪ੍ਰੈਕਟਿਸ ਦਿਸ ਇਜ਼ ਨੋਟ ਜਸਟੀਫਾਈਡ ਨਾ ਜਦ ਮੇਰੇ ਕੋਲ ਮੇਰੀ ਮੈਂ ਮੇਰੇ ਭਰਾ ਦੀ ਮੇਰੇ ਭਰਾ ਕੋਲ ਵੈਪਨ ਆ ਠੀਕ ਆ ਮੈਂ ਆਪਣੇ ਭਰਾ ਦੀ ਵੈਪਨ ਨਹੀਂ ਫੜ ਸਕਦੀ ਹੈਗੀ ਸਾਨੂੰ ਆਥੋਰਾਈਜੇਸ਼ਨ ਹੀ ਨਹੀਂ ਹੈਗੀ ਜਿਸ ਇਨਸਾਨ ਦੀ ਵੈਪਨ ਆ ਨਾ ਅਤੇ ਜਿਹੜਾ ਨਾਲੇ ਜਿਹਦੀ ਸਰਕਾਰੀ ਅਸਲਾਇਆ ਉਹਦੀ ਤਾਂ ਇਕੱਲੇ ਇਕੱਲੇ ਨੂੰ ਉਹ ਦੇਣੀ ਪੈਂਦੀ ਆ ਤਾਂ ਕੱਲ੍ਹ ਉਹ ਫੇਕ ਇਨਕਾਊਂਟਰ ਬਣਾ ਕੇ ਮਤਲਬ ਕੋਈ ਕੁਛ ਵੀ ਬੋਲ ਸਕਦੇ ਆ ਇਹਦਾ ਮਤਲਬ ਕੋਈ ਆਡਿਟ ਹੀ ਨਹੀਂ ਹੈਗਾ ਸੋ ਗੱਲ ਇਹ ਆ ਦੂਜੀ ਗੱਲ ਜਿਹੜੀ ਵੀ ਕਿਸੇ ਨੇ ਗੱਲ ਆਉਂਦੀ ਆ ਕਿ ਕਈ ਲੋਕ ਕਹਿੰਦੇ ਆ ਕਿ ਸਿੱਧੂ ਬਹੁਤ ਸੋਹਣਾ ਸਿੰਗਰ ਆ ਅਤੇ ਇਸ ਕਰਕੇ ਉਹਦੇ ਪਿੱਛੇ ਪਏ ਆ ਬਈ ਇਹੋ ਜਿਹੀ ਕੋਈ ਗੱਲ ਨਹੀਂ ਗੀ ਜੇ ਕਿਸੇ ਦੇ ਵਿੱਚ ਕਲਾ ਆ ਉਹਦੀ ਕਲਾ ਦੀ ਅਸੀਂ ਵੀ ਤਾਰੀਫ ਕਰਦੇ ਹਾਂ ਠੀਕ ਆ ਚੀਜ਼ ਆ ਕਲਾ ਦਾ ਇਸ ਚੀਜ਼ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਗਾ ਜਿੱਥੇ ਗਲਤ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਸ ਟਾਈਮ ਵੀ ਜੇ ਅਸੀਂ ਨਾ ਸਮਝੇ ਨਾ ਪਤਾ ਨਹੀਂ ਸਾਡੇ ਦੇਸ਼ ਦੇ ਕੀ ਹਾਲਾਤ ਹੋਣੇ ਆ ਸਾਡੇ ਜਿਹੜਾ ਯੂਥ ਆ ਤੁਸੀਂ ਆਪ ਸੋਚ ਲਓ ਕਿਹੜੇ ਪਾਸੇ ਜਾ ਰਿਹਾ ਆ ਉਹ ਗੱਲਾਂ ਬਾਤੀਆਂ ਨੇ ਪਰ ਇਸ ਟਾਈਮ ਇੱਥੇ ਮੈਂ ਫਿਰ ਉਹੀ ਗੱਲ ਬੋਲੂੰਗੀ ਕਿ ਯੂਥ 'ਤੇ ਗਾਣਿਆਂ ਦਾ ਕੀ ਅਸਰ ਅਸਲੇ ਦਾ ਕੀ ਅਸਰ ਉਹ ਚੀਜ਼ਾਂ ਅਲੱਗ ਆ ਮੇਨ ਚੀਜ਼ ਇਹ ਆ ਕਿ ਇੱਕ ਪੁਲਿਸ ਆਫਿਸਰ ਸਿੱਧੂ ਤਾਂ ਗਲਤ ਹੈਗਾ ਆ ਉਹਦੇ ਨਾਲ ਦੇ ਵੀ ਗਲਤ ਹੈਗੇ ਆ ਜੋ ਉੱਥੇ ਹੋਇਆ ਪਰ ਜਿਹੜਾ ਮੇਨ ਪੁਲਿਸ ਆਫਿਸਰ ਆ ਜਿਹੜਾ ਇੱਕ ਡਿਪਟੀ ਆ ਜੋ ਉਹਨੇ ਹਰਕਤ ਕੀਤੀ ਆ ਉਹਨੇ ਆਪਣਾ ਅਸਲਾ ਜਿਵੇਂ ਦਿੱਤਾ ਉਹ ਚੀਜ਼ ਬਿਲਕੁਲ ਵੀ ਐਕਸੈਪਟੇਬਲ ਨਹੀਂ ਹੈਗੀ ਅਤੇ ਨਾ ਉਹ ਮਾਫ਼ੀ ਦੇ ਕਾਬਲ ਆ ਹਜੇ ਤਾਂ ਉਹ ਸਿਰਫ ਸਸਪੈਂਡ ਹੋਇਆ ਆ ਠੀਕ ਆ ਨਾ ਉਹਦੇ 'ਤੇ ਪ੍ਰੋਪਰ ਕਾਰਵਾਈ ਹੋ ਕੇ ਉਹ ਡਿਸਮਿਸ ਹੋਣਾ ਬਣਦਾ ਆ ਅਤੇ ਇਸ ਚੀਜ਼ ਨੂੰ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਇਹਨਾਂ ਨੂੰ ਜਿਹੜੇ ਹੈਗੇ ਆ ਕਾਂਗਰਸ ਦੇ ਲੀਡਰ ਬਚਾ ਲੈਣਗੇ ਮੈਂ ਕਹਿੰਦੀ ਕਾਂਗਰਸ ਅਕਾਲੀ ਜਿਹੜਾ ਮਰਜ਼ੀ ਆ ਜੇ ਬਚਾਉਣ ਅਸੀਂ ਐਂਡ ਤੱਕ ਲੜਾਈ ਲੜਾਂਗੇ ਕਿਉਂਕਿ ਇਹ ਚੀਜ਼ਾਂ ਐਕਸੈਪਟੇਬਲ ਨਹੀਂ ਹੈਗੀਆਂ ਸਿੰਪਲ ਜਿਹੀ ਗੱਲ ਆ ਬਾਈ ਪੈਸੇ ਦਾ ਡਮਰੂ ਸਿਰਫ ਪਾਵਰ ਪੁਲਿਸ ਇੱਥੇ ਤੱਕ ਵੱਜਦਾ ਆ ਮੇਰਾ ਫੋਨ ਆ ਜਾਂਦਾ ਵਿੱਚ ਸੋਰੀ ਸੋ
ਇਹੀ ਗੱਲ ਮੈਂ ਬੋਲਣਾ ਚਾਹੁੰਦੀ ਸੀਗੀ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਸਾਰੀਆਂ ਗੱਲਾਂ ਆ ਕੇ ਕਲੀਅਰ ਆ ਕੇ ਲਾਈਵ ਦੇ ਵਿੱਚ ਆ ਕੇ ਬੋਲੂੰਗੀ। ਕੌਣ ਆ ਕਰਮ ਪੀਲਾ ਤੁਸੀਂ ਕਾਂਗਰਸ ਬਾਈ ਦਿੰਦੇ ਸੀ ਨਾ, 3 ਸਾਲ ਹੋ ਗਏ ਮੈਨੂੰ ਕਾਂਗਰਸ ਛੱਡੀ ਨੂੰ, ਠੀਕ ਹੈ ਨਾ। ਅਤੇ ਮੈਂ ਕਾਂਗਰਸ ਦੇ ਨਾਅਰੇ ਨਹੀਂ ਲਾਉਂਦੀ ਸੀਗੀ, ਮੈਂ ਸਿਰਫ ਦੋ ਬੰਦਿਆਂ ਦੀ ਸਪੋਰਟ ਕਰਦੀ ਸੀਗੀ। ਉਹ ਤਾਂ ਅੱਜ ਵੀ ਕਾਂਗਰਸ 'ਚ ਹੋਣ, ਅਕਾਲੀ 'ਚ ਹੋਣ, ਜਿਹ 'ਚ ਮਰਜ਼ੀ ਹੋਣ, ਉਹਨਾਂ ਦੀ ਮੈਂ ਹੁਣ ਵੀ ਕਰੂੰਗੀ। ਸੋ ਆਈ ਐਮ ਨੋਟ ਅਕਾਊਂਟੇਬਲ ਟੂ ਯੂ ਕਿ ਮੈਂ ਤੁਹਾਨੂੰ ਲੋਕਾਂ ਨੂੰ ਆਂਸਰ ਕਰਾਂ, ਕਿਉਂਕਿ ਮੈਂ ਕਿਸੇ ਦੀ ਕੋਈ ਚੁਣੀ ਹੋਈ ਲੀਡਰ ਨਹੀਂ ਹੈਗੀ। ਮੈਂ ਇੱਕ ਵਕੀਲ ਹਾਂ, ਮੈਂ ਇੱਕ ਸੋਸ਼ਲ ਐਕਟਿਵਿਸਟ ਹਾਂ। ਇਸ ਪੇਜ ਦੇ ਉੱਤੇ ਆ ਕੇ ਵੀ ਮੈਂ ਲੋਕਾਂ ਨੂੰ ਜਵਾਬ ਦੇਣ ਲਈ ਨਹੀਂ ਬੋਲਦੀ ਹੈਗੀ, ਮੈਂ ਆਪਣੀ ਰਿਸਪੋਂਸੀਬਿਲਿਟੀ ਲਈ ਬੋਲਦੀ ਹਾਂ, ਠੀਕ ਆ। ਕਿਸੇ ਨੂੰ ਪਸੰਦ ਆਉਂਦੀ ਆ ਉਹ ਵੀ ਸਿਰ ਮੱਥੇ ਆ, ਕਿਸੇ ਨੂੰ ਨਹੀਂ ਪਸੰਦ ਆਉਂਦੀ ਉਹ ਵੀ ਸਿਰ ਮੱਥੇ ਆ। ਲੋਕਾਂ ਨੇ ਗਾਲਾਂ ਕੱਢਣੀਆਂ ਨੇ, ਮੈਨੂੰ ਜੇਲ੍ਹ ਤੱਕ ਤਾਂ ਪਹੁੰਚਾ ਤਾ, ਇਦੂ ਉੱਤੇ ਕੀ ਕਰ ਲਓਗੇ। ਮੈਨੂੰ ਕਿਸੇ ਦੀ ਪਰਵਾਹ ਨਹੀਂ ਗੀ, ਨਾ ਮੈਂ ਕਿਸੇ ਤੋਂ ਡਰੀ ਹਾਂ, ਠੀਕ ਆ। ਔਰ ਇਹ ਚੀਜ਼ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਕਿਸੇ ਤੋਂ ਨਹੀਂ ਡਰਦੀ ਹੈਗੀ। ਜਿਹੜੀ ਕੁੜੀ 55 ਦਿਨ ਜੇਲ੍ਹ 'ਚ ਲਾ ਸਕਦੀ ਹੈ ਨਾ, ਚੰਗੀ ਭਲੀ ਹੋ ਗਈ, ਉਹ ਕੁਛ ਵੀ ਕਰ ਸਕਦੀ, ਉਹਨੂੰ ਕੋਈ ਡਰਾ ਨਹੀਂ ਸਕਦਾ। ਸੋ ਮੇਰੇ ਸਾਹਮਣੇ ਮੇਰੇ ਬਾਰੇ ਜਿਹੜੇ ਕੋਈ ਇਹਨਾਂ ਗੱਲਾਂ ਕਰਕੇ ਜਿਹੜੇ ਵੀ ਕੋਈ ਬਕਵਾਸ ਕਰਦਾ ਹੈ, ਮੈਨੂੰ ਉਹਦੀ ਪਰਵਾਹ ਨਹੀਂ ਗੀ, ਠੀਕ ਹੈ ਨਾ। ਇੱਥੇ ਮੇਰਾ ਪਰਸਨਲ ਮੈਟਰ ਗੱਲ ਹੈ ਕਿ ਜਿੱਥੇ ਗੱਲ ਦੇਸ਼ ਦੀ ਹੋਊਗੀ, ਜਿੱਥੇ ਗੱਲ ਹੱਕ ਸੱਚ ਦੀ ਹੋਊਗੀ, ਉੱਥੇ ਮੈਂ ਪਹਿਲਾਂ ਵੀ ਬੋਲੀ ਹਾਂ, ਹੁਣ ਵੀ ਬੋਲੀ ਹਾਂ, ਅਤੇ ਮੈਂ ਬੋਲਦੀ ਰਹੂੰਗੀ। ਸੋ ਮੈਨੂੰ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ, ਠੀਕ ਹੈ ਨਾ। ਜੋ ਚੀਜ਼ ਸਹੀ ਆ ਉਹ ਸਹੀ ਆ, ਜੋ ਗਲਤ ਆ ਉਹ ਗਲਤ ਆ। ਅਤੇ ਫਿਰ ਉਹੀ ਗੱਲ ਬੋਲੂੰਗੀ ਕਿ ਇਸ ਮੁੱਦੇ ਨੂੰ ਇੱਥੇ ਖਤਮ ਨਹੀਂ ਕੀਤਾ ਜਾਊਗਾ, ਇਹ ਦੱਸਣਾ ਮੇਰਾ ਫਰਜ਼ ਸੀਗਾ। ਜੇ ਕਈ ਲੋਕਾਂ ਦੀਆਂ ਜਿਹੜੀਆਂ ਗਲਤ ਫਹਿਮੀਆਂ ਨੇ, ਹੁਣ ਮੈਂ ਦੁਬਾਰਾ ਫਿਰ 3 ਪੁਆਇੰਟ ਬੋਲ ਕੇ ਜਲਦੀ ਗੁੱਡਬਾਈ ਕਰੂੰਗੀ। ਪਹਿਲਾ ਪੁਆਇੰਟ ਕਿ ਕਿਸੇ ਦੇ ਖਿਲਾਫ਼ ਅਸੀਂ ਕਾਰਵਾਈ ਇਸ ਕਰਕੇ ਨਹੀਂ ਕਰਵਾਈ ਕਿ ਉਹ ਸਿੰਗਰ ਆ, ਨੋ, ਵੀ ਹੈਵ ਨਥਿੰਗ ਟੂ ਡੂ ਵਿਦ ਕਿ ਉਹ ਸੈਲੀਬ੍ਰਿਟੀ ਔਰ ਵਟ ਐਵਰ ਹੀ ਇਜ਼। ਸਾਨੂੰ ਇਹ ਆ ਕਿ ਇੱਕ ਇਨਸਾਨ ਨੇ ਆਪਣੇ ਪੁਲਿਸ ਆਫਿਸਰ ਦੋਸਤਾਂ ਦੇ ਨਾਲ ਮਿਲ ਕੇ ਸਰਕਾਰੀ ਅਸਲੇ ਦੀ ਕਰਫਿਊ ਦੇ ਦੌਰਾਨ ਦੁਰਵਰਤੋਂ ਕੀਤੀ, ਜੋ ਇਲੀਗਲ ਆ। ਆਰਮਡ ਐਕਟ ਦੇ ਤਹਿਤ ਵੀ, ਠੀਕ ਹੈ, IPC ਦੇ ਤਹਿਤ ਵੀ ਜੋ ਕਾਨੂੰਨੀ ਕਾਰਵਾਈ ਆ, ਮੈਂ ਸੈਕਸ਼ਨ ਦੱਸੇ ਹੋਏ ਆ, ਉਹ ਬਣਦੇ ਆ ਅਤੇ ਉਹ ਲਗਵਾਏ ਜਾਣਗੇ। ਜੇ ਪੁਲਿਸ ਨਹੀਂ ਕਰੂਗੀ, DGP ਨਹੀਂ ਕਰੂ, ਅਸੀਂ ਲਿਖ ਕੇ ਤਾਂ ਦਿੱਤਾ ਹੀ ਆ, ਅਤੇ ਜੇ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰੂਗੀ, ਅਸੀਂ ਹਾਈਕੋਰਟ ਪਟੀਸ਼ਨ ਫਾਈਲ ਕਰਾਂਗੇ। ਅਸੀਂ ਉਹਨਾਂ ਨੂੰ ਮੌਕਾ ਦਿੱਤਾ, ਅਸੀਂ ਸਾਫ਼ ਮੈਨਸ਼ਨ ਵੀ ਕੀਤਾ ਆਪਣੀ ਕੰਪਲੇਂਟ ਦੇ ਵਿੱਚ। ਸੋ ਹਾਕਮ ਭਾਅ ਜੀ ਦੇ ਕਿਤਨਾ ਭਾਅ ਜੀ ਹੁਣੇ, ਕੁਲਦੀਪ ਭਾਅ ਜੀ ਹੁਣੇ ਲੱਗੇ ਹੋਏ ਆ, ਮੈਨੂੰ ਤਾਂ ਉਹਨਾਂ ਨੇ ਕੰਪਲੇਂਟ ਭੇਜੀ, ਕਿਉਂਕਿ ਮੈਨੂੰ ਤਾਂ ਗੱਲ ਵੀ ਨਹੀਂ ਪਤਾ ਸੀ, ਮੈਨੂੰ ਵੀਡੀਓ ਵੀ ਨਹੀਂ ਪਤਾ ਸੀਗੀ, ਕਿਉਂਕਿ ਮੈਂ ਅੱਜ ਕੱਲ੍ਹ ਥੋੜ੍ਹਾ ਜਿਹਾ ਅਲੂਫ ਰਹਿੰਦੀ ਹਾਂ, ਆਪਣੇ ਕੰਮ 'ਚ ਬਿਜ਼ੀ ਰਹਿੰਦੀ ਹਾਂ, ਅਤੇ ਮੈਂ ਦੇਖਦੀ ਨਹੀਂ ਕੀ ਹੋ ਰਿਹਾ, ਜੋ ਮੈਨੂੰ ਵੀਰੇ ਹੁਣੇ ਦੱਸ ਦਿੰਦੇ ਆ ਕੁਛ ਹੋ ਰਿਹਾ ਉਹ ਮੈਂ ਦੇਖ ਲੈਂਦੀ ਹਾਂ। ਅਤੇ ਮੈਨੂੰ ਚਲੋ ਪਤਾ ਲੱਗਿਆ, ਮੈਨੂੰ ਓਬਵੀਅਸ ਹੀ ਗੱਲ ਆ, ਮੈਨੂੰ ਕੱਲ੍ਹ ਦੇ ਹੀ ਮੈਨੂੰ ਬੜਾ ਫੀਲ ਹੋਇਆ, ਅਤੇ ਲੋਕਾਂ ਨੇ ਮੈਨੂੰ ਆ ਕੇ ਕਿਹਾ ਕਿ ਸੈਲੀਬ੍ਰਿਟੀ ਆ ਤਾਂ ਕਰਕੇ ਕਰ ਰਹੇ ਹਾਂ, ਤਾਂ ਫਿਰ ਉਹੀ ਗੱਲ ਆ ਕਿ ਸੈਲੀਬ੍ਰਿਟੀ ਕਰਕੇ ਨਹੀਂ, ਉਹ ਵਧੀਆ ਗਾਉਂਦਾ ਆ, ਗਾਉਂਦਾ ਹੈ ਵਧੀਆ, ਆਈ ਐਪਰੀਸ਼ੀਏਟ, ਉਹਦੀ ਕਲਮ ਦੇ ਵਿੱਚ ਤਾਕਤ ਹੈਗੀ ਆ, ਮੰਨ ਗਏ, ਬਹੁਤ ਸੋਹਣਾ ਲਿਖਦਾ ਆ, ਹੋਰ ਵੀ ਬਹੁਤ ਲਿਖਣ ਵਾਲੇ ਹੈਗੇ ਆ। ਅਤੇ ਦੂਜੀ ਗੱਲ ਜਿਹੜੀ ਰਣਜੀਤ ਬਾਵਾ ਜੀ ਵਾਲੀ ਗੱਲ, ਉਹ ਆਪਾਂ ਬਾਅਦ ਵਿੱਚ ਕਰਾਂਗੇ, ਕਿਉਂਕਿ ਮੈਨੂੰ ਪਰਸਨਲੀ ਉਹਦੇ ਗਾਣੇ ਦੇ ਵਿੱਚ ਕੁਛ ਵੀ ਗਲਤ ਨਹੀਂ ਲੱਗਿਆ ਹੈਗਾ। ਅਤੇ ਅੱਜ ਕੱਲ੍ਹ ਤਾਂ ਟ੍ਰੈਂਡ ਹੋ ਗਿਆ ਇੰਡੀਆ ਦੇ ਵਿੱਚ, ਕੋਈ ਵੀ ਉੱਠਦਾ ਜਾਂ ਆਪਦੀ ਰਿਲੀਜੀਅਸ ਭਾਵਨਾਵਾਂ ਹਰਟ ਹੋਣ ਦੀਆਂ ਗੱਲਾਂ ਕਰਨ ਲੱਗ ਜਾਂਦਾ, ਸੋ ਉਹਦੀਆਂ ਗੱਲਾਂ ਅੱਡ ਕੀਤੀਆਂ ਜਾਣਗੀਆਂ। ਪਰ ਜੇ ਆਹੀ ਕੰਮ ਚੱਲਦਾ ਰਿਹਾ ਨਾ, ਮਤਲਬ ਉਹ ਅਕਾਊਂਟੇਬਿਲਿਟੀ ਅਤੇ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ, ਉਹਨੇ ਕੁਛ ਗਲਤ ਨਹੀਂ ਬੋਲਿਆ। ਸੋ ਫਿਰ ਉਹੀ ਗੱਲ ਆ ਕਿ ਗਲਤ ਚੀਜ਼ ਦਾ ਵਿਰੋਧ ਕਰਨਾ ਸਿੱਖੋ, ਸੱਚ ਚੀਜ਼ ਦੇ ਨਾਲ ਖੜਨਾ ਸਿੱਖੋ। ਪਹਿਲੇ ਨੰਬਰ 'ਤੇ ਡਿਪਟੀ ਜ਼ਿੰਮੇਵਾਰ ਆ, ਕਿਉਂਕਿ ਉਹਦੀ ਰਿਸਪੋਂਸੀਬਿਲਿਟੀ ਸੀ। ਦੂਜੇ ਨੰਬਰ ਦੇ ਉੱਤੇ ਇਹ, ਕਿਉਂਕਿ ਇਹਨੇ ਆਪਣੀ ਯਾਰੀ ਦੋਸਤੀ ਦੀ ਮਿਸਯੂਜ਼ ਕੀਤਾ ਇੱਕ ਸੈਲੀਬ੍ਰਿਟੀ ਹੋ ਕੇ, ਅਤੇ ਨਾਲ ਜਿਹੜੇ ਬਿਨਾਂ ਗੱਲ ਤੋਂ ਮੁਲਾਜ਼ਮ ਰਗੜੇ ਗਏ, ਉਹਨਾਂ ਦੇ ਲਈ ਮੈਨੂੰ ਦੁੱਖ ਵੀ ਆ, ਮੁਲਾਜ਼ਮਾਂ ਦਾ, ਪਰ ਓਬਵੀਅਸ ਜੀ ਗੱਲ ਆ, ਉਹਨਾਂ ਨੂੰ ਵੀ ਆਪਣੀ ਡਿਊਟੀ ਸਮਝਣੀ ਚਾਹੀਦੀ ਆ। ਮੈਂ ਕਈ ਜਗ੍ਹਾ ਦੇ ਉੱਤੇ ਦੇਖੋ, ਮੈਂ ਹਰ ਜਗ੍ਹਾ ਦੇ ਉੱਤੇ ਪੁਲਿਸ ਜਿੱਥੇ ਗਲਤ ਠੋਕ ਕੇ ਬੋਲਦੀ ਹਾਂ, ਪਰ ਜਿੱਥੇ ਪੁਲਿਸ ਸਹੀ ਆ ਮੈਂ ਉਹਦੀ ਤਾਰੀਫ ਵੀ ਕਰਦੀ ਹਾਂ। ਈਵਨ ਜਿਵੇਂ ਮੇਰੇ 'ਤੇ ਵੀ ਪਰਚੇ ਹੋਏ ਸੀ, ਉਹਦੀ ਮੈਂ ਪੁਲਿਸ ਨੂੰ ਕਸੂਰਵਾਰ ਨਹੀਂ ਸਮਝਦੀ, ਜਦਕਿ ਉਹਦੀ ਰਿਸਪੋਂਸੀਬਿਲਿਟੀ ਬਣਦੀ ਸੀ। ਪਰ ਜਦੋਂ ਪੁਲਿਸ ਹੀ ਪ੍ਰੈਸ਼ਰ ਥੱਲੇ ਇੰਨਾ ਆ ਜਾਂਦੀ ਆ ਨਾ, ਕਿ ਉਹਨਾਂ ਨੂੰ ਇੰਡੀਪੈਂਡੈਂਟ ਹੋ ਕੇ ਆਪਦਾ ਕੰਮ ਨਹੀਂ ਕਰਨ ਦਿੱਤਾ ਜਾਂਦਾ। ਸੋ ਆਈ ਐਡਮਾਇਰ ਪੁਲਿਸ ਆਫਿਸਰ ਜਿਹੜੇ ਚੰਗੇ ਹੈਗੇ ਆ। ਸੋ ਆਹ ਜੋ ਚੀਜ਼ ਗਲਤ ਹੋਈ ਹੈ, ਇਹਦੇ ਖਿਲਾਫ਼ ਕਾਰਵਾਈ ਕਰਨੀ ਬਣਦੀ ਹੈ, ਅਤੇ ਆਪਾਂ ਨੂੰ ਸਾਰਿਆਂ ਨੂੰ ਡਟ ਕੇ ਇਸ ਚੀਜ਼ ਦਾ ਕਰਨਾ ਚਾਹੀਦਾ। ਇਹ ਸਾਈਡ 'ਤੇ ਰੱਖ ਕੇ ਕਿ ਕੌਣ ਸਿੰਗਰ ਆ, ਕੌਣ ਸੈਲੀਬ੍ਰਿਟੀ ਆ, ਜੋ ਚੰਗੀ ਚੀਜ਼ ਆ ਉਹ ਚੰਗੀ ਆ, ਠੀਕ ਆ, ਉਹਦੀ ਤਾਰੀਫ ਕਰੋ, ਪਰ ਜੋ ਗਲਤ ਆ ਪਲੀਜ਼ ਗਲਤ ਦੇ ਖਿਲਾਫ਼, ਕਿਉਂਕਿ ਕੱਲ੍ਹ ਨੂੰ ਸਾਡਾ ਆਉਣ ਵਾਲਾ, ਸਾਡੇ ਇੱਥੋਂ ਯੂਥ ਆ ਨਾ ਜਿਹੜਾ, ਉਹਦੇ ਕਰਕੇ ਖਰਾਬ ਹੁੰਦਾ। ਤੁਸੀਂ ਆਪ ਸੋਚੋ ਕਦੋਂ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਕੀ ਅਸਰ ਪੈਂਦਾ ਆ। ਸੋ ਤੁਸੀਂ ਆਪ ਸਮਝਦਾਰ ਹੋ, ਤੁਸੀਂ ਆਪ ਸੋਚਣਾ ਆ, ਬਾਕੀ ਮੈਨੂੰ ਪਰਵਾਹ ਨਹੀਂ ਜੀ। ਮੇਰੇ ਬਾਰੇ ਚੰਗਾ ਬੋਲੋ, ਮਾੜਾ ਬੋਲੋ, ਆਪਾਂ ਤਾਂ ਜਿਹੜੇ ਰਾਹ 'ਤੇ, ਜਿੱਦਣ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਜਦੋਂ ਇਸ ਰਾਹ 'ਤੇ ਤੁਰ ਪੈਂਦੇ ਹਾਂ ਨਾ, ਤਾਂ ਕਫਨ ਬੰਨ ਕੇ ਤੁਰੀਦਾ ਆ, ਫਿਰ ਇੱਕ ਪਰਚਾ 2 ਪਰਚੇ ਹੋਇਆ ਹੋਰ ਹੋ ਜਾਣਗੇ, ਕਿੱਡੀ ਕੁ ਗੱਲ ਆ। ਜੇ ਸਹੀ ਪਾਸੇ ਲੜੇ ਹਾਂ ਤਾਂ 55 ਦਿਨ ਲਾਇਆ ਹੋਰ ਦਿਨ ਜੇਲ੍ਹ 'ਚ ਲਾ ਲੈਣ, ਕਿੱਡੀ ਗੱਲ ਆ। ਕਾਨੂੰਨ ਦਾ ਪਤਾ ਆ, ਐਡੀ ਵੀ ਕੋਈ ਉਹ ਹੈ ਨਹੀਂ ਗੀ ਕਿ ਕੋਈ ਖਰਾਬ ਕਰ ਦੂ, ਜਿਹੜੇ ਵੀ ਮੈਨੂੰ ਧਮਕਾਉਂਦੇ ਆ ਜਾਂ ਧਮਕੇ ਦਿੰਦੇ ਆ। ਦੁਬਾਰਾ
सिमरन ना तो कदे किसी तो डरी ना डरूगी, जो गलत वो खिलाफ डट के लड़ूगी ना तो उगलियां गल्लां कीतियां ना करनियां ने। सो जो गलत आ प्लीज़ वह डट के विरोध करो, जो सही आ वो हक के खड़ो। बाकी अपनी अपनी माता जो कुछ गलत बोलिया गया हो माफ़ करना, ठीक है जी।